السلام عليكم، مع أستاذ لي هاي دبلة كنا شروع آج ما شاء الله جمعة المبارك كات مير تسلم صار جمعة المبارك كوي جيلا إن شاء الله آج تو إن شاء الله كنوا مرجع رأي كم كم أنا لا أفهم نا إيران چینل أنا أبي لا نو چینل كات خدية تي كم كي أردو چینل مطلب ميري فيديو أني أشي نيون دي أنا لي بورينج نيون دي تي أستو با آج جاي آج جيلا بلا كنا إن شاء الله إن شاء الله أفني أفني برا وانا تي كم كي نا كونا أستو با جو بي مطلب ما كرنا تي أستو با كي كنا پڑيا نا تي ہاں جی انشاءاللہ تم سارے ٹھیک ہے دسا کہ بالکل شارٹ جڑی ویڈیو بنانی ہے تاکہ زیادہ بورنگ نہ ہو ٹھیک ہے زیادہ لمبی بھی نہ ہو تو ماشاءاللہ جی اے چیک کرو جی صبح دا وقت الحمدللہ تے سب تو پہلا جی اپنا ہن ہی آیا نہیں ہے کہ میرا بچپن ٹھیک ہے تے ماشاءاللہ بچپن نوں پتہ ہی ہے سارے نوں کہ بچپن وچ انسان جڑا ہے بہت زیادہ خوش ہوندا ہے تے ਅਹੀਂ ਵੀ ਠੀਕ ਹੈ ਬਾਬਾ ਬਹੁਤ ਜ਼ਿਆਦਾ ਮਜ਼ੇ ਕੀਤੇ ਨੇ ਜ਼ਾਹਰ ਗੱਲ ਹੈ ਜਿਹੜੇ ਬੰਦਾ ਵੱਡਾ ਹੁੰਦਾ ਤਾਂ ਫਿਰ ਜ਼ਿੰਮੇਵਾਰੀਆਂ ਤੁਹਾਨੂੰ ਪਤਾ ਵੱਧ ਜਾਂਦੀਆਂ ਨੇ ਜਿਹੜੇ ਬੰਦਾ ਕੰਮ ਜਾਏ ਫਿਰ ਨਹੀਂ ਆਉਂਦਾ ਅਗਲਾ ਸਭ ਤਾਂ ਹੁੰਦਾ ਉਸ ਤੋਂ ਬਾਅਦ ਆ ਜਾਂਦਾ ਜੀ ਸਕੂਲ ਲਾਈਫ ਵਿੱਚ ਮਾਸ਼ਾਅੱਲਾ ਜੀ ਬਹੁਤ ਜ਼ਿਆਦਾ ਇੰਜੋਏ ਕੀਤਾ ਠੀਕ ਹੈ ਅਤੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਸਕੂਲ ਲਾਈਫ ਜਿਹੜੀ ਹੈ ਨਾ ਮੈਂ ਇੱਕ ਤੋਂ ਲੱਗ ਕੇ ਨੇ ਪੰਜ ਤੱਕ ਆਪਣਾ ਆਲਮਦੀਨਾ ਸਕੂਲ ਹੀ ਠੀਕ ਹੈ ਸਾਡਾ ਇੱਥੇ ਨਾ ਅੱਡੇ ਦਾ ਸਕੂਲ ਹੈ ਠੀਕ ਉੱਥੇ ਮੈਂ ਪੰਜ ਪੜ੍ਹਿਆ ਉਸ ਤੋਂ ਬਾਅਦ ਛੇਵੀਂ 'ਚ ਮੈਂ ਗਿਆ ਹਾਂ ਗੌਰਮੈਂਟ ਸਕੂਲੇ ਫਿਰ ਉੱਥੇ ਮੈਂ ਠੀਕ ਹੈ ਪੰਜ ਕਲਾਸਾਂ ਪੜ੍ਹੀਆਂ ਨੇ ਉੱਥੇ ਵੀ ਜਾ ਕੇ ਅਤੇ ਮਾਸ਼ਾਅੱਲਾ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਜਿੱਥੇ ਬੰਦਾ ਨਰਸਾ ਰਿਹਾ ਹੋਏ 5 ਸਾਲ ਦੇ ਉੱਥੇ ਇਨਸਾਨ ਦੀਆਂ ਜਿਹੜੀਆਂ ਯਾਦਾਂ ਨੇ ਉਹ ਠੀਕ ਹੈ ਵਾਪਸਤਾ ਜਾਂਦੀਆਂ ਨੇ ਅਤੇ ਬਸ ਇੰਝ ਹੀ ਤੁਹਾਨੂੰ ਪਤਾ ਹੀ ਹੈ ਫਿਰ ਜ਼ਿੰਦਗੀ ਦੇ ਇੰਝ ਹੀ ਵਸਤੇ ਲੰਘ ਜਾਂਦਾ ਬੰਦੇ ਦਾ ਉਹ ਵੀ ਠੀਕ ਹੈ ਜਿਹੜਾ 3 ਹੁੰਦੇ ਨੇ ਜਿਹੜਾ ਇੰਜੋਏ ਕਰਨ ਵਾਲੇ ਹੁੰਦੇ ਨੇ ਜਦੋਂ ਬੰਦਾ ਕੰਮ 'ਤੇ ਜਾਂਦਾ ਫਿਰ ਇੰਜੋਏ ਨਹੀਂ ਹੁੰਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਨਾ ਨਾਲੇ ਮੈਂ ਨਾ ਵਿੱਚ ਪੜ੍ਹਨਾ ਵੀ ਹੈ ਠੀਕ ਹੈ ਅਤੇ ਉਸ ਤੋਂ ਬਾਅਦ ਨਾਲ ਕੰਮ ਵੀ ਕਰਨਾ ਹਾਂ ਦਿਹਾੜੀਆਂ ਲਾਉਣਾ ਹਾਂ ਠੀਕ ਹੈ ਮਤਲਬ ਆਪਣੀ ਮਿਹਨਤ ਕਰਨਾ ਹਾਂ ਕੱਪੜੇ ਵਗੈਰਾ ਠੀਕ ਹੈ ਆਪੇ ਲੱਲਣਾ ਹਾਂ ਅਤੇ ਉਸ ਤੋਂ ਬਾਅਦ ਕਿਉਂਕਿ ਮੈਂ ਇਹ ਹੀ ਜਾਣਦਾ ਯਾਰ ਕਿ ਮੇਰੀ ਵਜ੍ਹਾ ਤੋਂ ਘਰ ਦੇ ਵਾਲੇ ਬੋਝ ਮਤਲਬ ਮੈਂ ਅਲਹਮਦੁਲਿਲਾ ਆਪਣਾ ਖਰਚਾ ਜਿਹੜਾ ਆਪੇ ਮੈਂ ਚੁੱਕਣਾ ਹਾਂ ਪਹਿਲਾਂ ਵੀ ਜਦੋਂ ਨਾਮ ਵੀ ਠੀਕ ਹੈ ਮੈਂ 10ਵੀਂ 'ਚ ਹੀ ਮਜ਼ਦੂਰੀ ਕੀਤੀ ਹੈ ਢਾਈ ਸਾਲ ਮੈਂ ਠੀਕ ਹੈ ਕੰਮ ਲੱਭਦਾ ਛੋਟਾ ਮੋਟਾ ਸਪਰੇ ਵਾਲਾ ਜਾਂ ਮਜ਼ਦੂਰੀ ਇਹ ਠੀਕ ਹੈ ਮੈਂ ਖੁਦ ਕਰਨਾ ਅਤੇ ਅਲਹਮਦੁਲਿਲਾ ਬਸ ਇਹ ਅੱਲਾ ਤਾਲਾ ਠੀਕ ਹੈ ਕੰਮ ਨੇ ਮਿਹਨਤ ਕਰਨੀ ਚਾਹੀਦੀ ਹੈ ਬੰਦੇ ਨੂੰ ਕਿਉਂਕਿ ਮਿਹਨਤ ਨਾਲ ਹੀ ਹਰ ਚੀਜ਼ ਲੱਭਦੀ ਹੈ ਘਰ ਬੈਠੇ ਨਾਲ ਕੁਛ ਨਹੀਂ ਲੱਭਦਾ ਠੀਕ ਹੈ ਅਤੇ 10ਵੀਂ ਕਲਾਸ ਦੇ ਪੇਪਰ ਦੇ ਕੇ ਨਾ ਮੈਂ ਉਦੋਂ ਆਇਆ ਹਾਂ ਠੀਕ ਹੈ ਮਤਲਬ ਤੁਹਾਨੂੰ ਪਤਾ ਹੀ ਹੈ ਜਦੋਂ ਬੰਦਾ ਯੰਗ ਏਜ ਹੁੰਦਾ ਫਿਰ ਬੰਦਾ ਗਲਤੀ ਕਰਦਾ ਕੋਈ ਨਾ ਕੋਈ ਅਤੇ ਸੇਮ ਗਲਤੀ ਮੈਂ ਕੀਤੀ ਹੈ ਇਹ ਜਿਹੜੀ ਹੈ ਨਾ ਮਤਲਬ ਮੈਂ ਸ਼ਿਲਾਂਗ ਲਗਾਈ ਹੈ ਐਤ ਪੱਲੀ ਸਾਹਿਬ ਨੂੰ ਫਿਰ ਉਹ ਇਹ ਜਿਹੜਾ ਇਹ ਮੇਰਾ ਭਾਵ ਨਿੱਕਰ ਵਜੀ ਦੀ ਹੈ ਅਤੇ ਮੇਰੇ ਇਹ ਕਮਰ 'ਤੇ ਵਜੀ ਦੀ ਹੈ ਪਤਾ ਨਹੀਂ ਹੁਣ ਮੈਂ ਚੈੱਕ ਨਹੀਂ ਕਰਵਾਇਆ ਸਹੀ ਤਰੀਕੇ ਨਾਲ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਮੈਂ ਇੱਕ ਡਾਕਟਰ ਹੈ ਠੀਕ ਹੈ ਇਨਸ਼ਾਅੱਲਾ ਪੂਰੀ ਜੀ ਉਮੀਦ ਅੱਲਾ 'ਤੇ ਕਿ ਅੱਲਾ ਤਾਲਾ ਸ਼ਿਫਾ ਦੇਣ ਵਾਲੇ ਨੇ ਤਕਰੀਬਨ ਜਿਹੜਾ ਨਾ ਮੇਰੇ ਆਪਣਾ ਕੰਮ 3-2 ਸਾਲ ਹੋ ਗਏ ਜੀ ਅਤੇ ਬਸ ਕਹਿੰਦੇ ਜਦੋਂ ਇਨਸਾਨ ਜਿਹੜਾ ਨਾ ਕੰਮ 'ਤੇ ਪੈ ਜਾਂਦਾ ਫਿਰ ਪੂਰੀ ਜ਼ਿੰਦਗੀ ਜਿਹੜਾ ਬੰਦਾ ਕੰਮ ਜਿਹੜਾ ਕਰਨੇ ਪੈਂਦਾ ਤਾਂ ਹਰੀ ਗੱਲ ਮਜਬੂਰੀ ਹੁੰਦੀ ਹਰ ਇੱਕ ਦੀ ਅਤੇ ਹੁਣ ਬਸ ਇਹ ਅੱਲਾ 'ਤੇ ਕੰਮ ਨੇ ਮੇਰੀ ਠੀਕ ਹੈ ਦਿਲੋਂ ਖੁਸ਼ੀ ਹੁੰਦੀ ਆ ਕਿ ਮੈਂ ਜਿਹੜਾ ਨਾ ਆਪਣਾ ਕੰਮ ਹੋਏ ਆਪਣਾ ਯਾਰ ਜ਼ਾਹਰੀ ਗੱਲ ਆ ਹੁਣ ਕਿਸੇ ਦੇ ਮਤਲਬ ਕਿਸੇ ਦੇ ਪਿੱਛੇ ਮਜ਼ਦੂਰੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਠੀਕ ਹੈ ਅੱਲਾ ਤਾਲਾ ਕੋ ਦੁਆ ਕਰੋ ਕਿ ਅੱਲਾ ਤਾਲਾ ਠੀਕ ਹੈ ਆਪਣਾ ਕੰਮ ਦੇ ਅੱਛਾ ਬਿਜ਼ਨਸ ਦੇ ਯਾਰ ਜਾ ਬੱਚੇ ਸਕੂਲ ਜਾ ਰਹੇ ਨੇ ਮਾਸ਼ਾਅੱਲਾ ਜੀ ਨਹੀਂ ਗਏ ਬੱਚੇ ਹੈ ਵੀ ਸਕੂਲੇ ਜਾ ਰਹੇ ਕਿੰਨੇ ਵਿੱਚ ਪੜ੍ਹਨਾ ਪੰਜਵੀਂ 'ਚ ਪੜ੍ਹਨਾ ਨਿੱਕੇ ਨਿੱਕੇ 5ਵੀਂ 'ਚ ਹੋ ਗਏ ਨੇ ਤੂੰ ਕੱਚੀ 'ਚ ਤੂੰ ਪੱਕੀ 'ਚ